ਵੈਲਕਮ ਆਈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਹੁਣੀ ਹੁਣੀ ਉੱਠੇ ਹਾਂ, ਪਰਨਾ ਬੰਨ ਕੇ ਬਾਹਰ ਆਏ ਹਾਂ ਅਤੇ ਟਰੈਕਟਰ ਲੈ ਕੇ ਚੱਲੇ ਹਾਂ ਤਵੀਆਂ ਨਾਲ ਵਾਹੁਣ। ਅਤੇ ਡੈਡੀ ਗਏ ਹੋਏ ਸੀਗੇ ਰੂਟਾਵੇਟਰ ਨਾਲ ਵਾਹੁਣ ਵਾਹਿਆ ਏ। ਬਾਕੀ ਵੈਦਰ ਥੋੜ੍ਹਾ ਜਿਹਾ ਇੱਦਾਂ ਦਾ ਹੀ ਆ ਵੀ ਮੀਂਹ ਪੈਣਾ ਗਾ, ਅੱਜ ਇਹ ਪੱਕਾ ਗਾ ਵੀ ਮੀਂਹ ਪਊਗਾ, ਠੀਕ ਆ। ਅਤੇ ਦੇਖਦੇ ਹਾਂਗੇ ਵੀ ਕਦੋਂ ਕੁ ਪੈਂਦਾ, ਕਿਉਂਕਿ ਵਾਹੁਣ ਤੋਂ ਬਾਅਦ ਪੈ ਜਾਵੇ ਫਿਰ ਤਾਂ ਬਾਹਲਾ ਵਧੀਆ, ਜੇ ਪਹਿਲਾਂ ਪੈ ਗਿਆ ਫਿਰ ਵੀ ਕੋਈ ਚੱਕਰ ਨਹੀਂ ਗਾ, ਇੱਦਾਂ ਹੀ ਕੱਦੂ ਹੋ ਜਾਣਾ। ਅਤੇ ਜੀ ਆਪਣਾ ਫੋਰਡ ਆ ਗਿਆ ਸੀਗਾ, ਅਤੇ ਫੋਰਡ ਮਗਰ ਡੈਡੀ ਕਹਿੰਦੇ ਰੂਟਾਵੇਟਰ ਪਾ ਕੇ ਖੜਾ ਦੇ, ਮੈਂ ਰੂਟਾਵੇਟਰ ਪਾ ਕੇ ਖੜਾਤਾ। ਅਤੇ ਹੁਣ ਆਪਾਂ ਲੈ ਕੇ ਚੱਲਿਆ ਜੋਬਰ ਨੂੰ, ਇਹਦਾ ਕਵਰ ਮੈਂ ਤਾਂ ਲਾਤਾ ਕਿਉਂਕਿ ਮੌਸਮ ਹੈ ਖਰਾਬ, ਜੇ ਮੀਂਹ ਪੈ ਗਿਆ ਤਾਂ ਹੋ ਜਾਣਾ ਸਿਸਟਮ ਖਰਾਬ, ਹੈ ਨਾ। ਕਵਰ ਲੱਗਿਆ ਰਹਿਣ ਦਿੰਦੇ ਆਪਾਂ, ਇਕੱਲੇ ਚਾਰ ਓਵਲ ਸੁਣ ਲਾਂਗੇ, ਚਾਰ ਓਵਲਾਂ ਦੀ ਆਵਾਜ਼ ਵਧੀਆ, ਨਾਲੇ ਆਪਣੀ ਉਹ ਅਲਟਰਨੇਟਰ ਆਈ ਉਹਦੀ ਬੈਲਟਰੀ ਲੱਗੀ ਹੋਈ, ਚਾਰ ਓਵਲ ਚੱਲੀ ਜਾਣਗੇ ਆਪਣੇ, ਗੱਲੇ ਗਾਣੇ ਸੁਣਾਈ ਜਾਣਗੇ ਆਪਾਂ ਨੂੰ, ਬੇਸ ਦਾ ਕੀ ਆ ਪਤਾ ਵਾਹੁਣਾ ਹੈਗਾ ਨਾ, ਨਾਲੇ ਬਾਏ ਬਾਹੀ 'ਚ ਤਾਂ ਫਿਰ ਵੀ ਨਹੀਂ ਸੁਣਨਾ ਹੈਗਾ ਇੰਨਾ। ਚਲੋ ਫਿਰ ਹੁਣ ਕਰਾਂ ਚੱਲੀਏ, ਅਤੇ ਆਪਾਂ ਰੂਟਾਵੇਟਰ ਪਾ ਲਈਏ, ਨਾਲੇ ਚਾਚੇ ਨੂੰ ਰੋਟੀ ਫੜਾਇਆ ਜੀ। ਚੱਲੇ ਸੀਗੇ ਜੀ ਟਰੈਕਟਰ ਲੈ ਕੇ, ਅਤੇ ਹੁਣ ਮੈਨੂੰ ਯਾਦ ਆਇਆ ਵੀ ਡਰਾਵਰ ਕੱਢਣੀ ਆ ਅਤੇ ਡੰਡਾ ਪਾਉਣਾ ਗਾ, ਯਾਨੀ ਕਿ ਟੋਪ ਲਿੰਕ, ਟੋਪ ਲਿੰਕ ਆਪਾਂ ਪਾ ਲਈ ਅਤੇ ਆਪਾਂ ਡਰਾਵਰ ਵੀ ਕੱਢਤਾ, ਅਤੇ ਹੁਣ ਆਪਾਂ ਚੱਲਦੇ ਹਾਂ। ਲਓ ਜੀ ਮੋਟਰ 'ਤੇ ਆ ਗਏ, ਬੈਟਰੀ ਬੜਾ ਸੋਹਣਾ ਹੋਇਆ ਪਿਆ ਯਾਰ, ਬਾਹਲਾ ਘੈਂਟ ਹੋਇਆ ਪਿਆ। ਅਤੇ ਹੁਣ ਆਪਾਂ ਰੋਟੀ ਉਹ ਤੇ ਕਿੱਲੇ 'ਤੇ ਟੰਗ ਦਿੰਦੇ ਹਾਂ, ਰੁਕ ਜਾਓ ਟੰਗ ਕੇ ਆਉਂਦੇ ਹਾਂ। ਆਹ ਟੰਗ 'ਤੇ ਜੀ ਆਪਾਂ ਰੋਟੀ ਚਾਚੇ ਨੇ ਆਪਦੇ ਪਾ ਕੇ ਖਾ ਲੈਣੀ ਆ, ਆਪਾਂ ਚੱਲਦੇ ਹਾਂ। ਲਓ ਜੀ ਮਿੱਤਰੋ ਖੇਤ ਆ ਗਏ ਸੀਗੇ ਵਾਹੁਣ ਲੱਗੇ ਹੋਏ ਆ, ਰੂਟਾਵੇਟਰ ਮੈਂ ਪਾ ਲਿਆ, ਦੇਖਦਾ ਘੱਟ ਆ, ਅਤੇ ਹੁਣ ਲੱਗੇ ਹਾਂ ਵਾਹੁਣ, ਆ ਵਾਹੁਣਾ ਸਾਰੀ ਆਪਾਂ। ਅਤੇ ਮੂਹਰੇ ਮੂਹਰੇ ਡੈਡੀ ਜਾ ਰਿਹਾ ਫੋੜ ਮਗਰ, ਰੂਟਾਵੇਟਰ ਪਾਇਆ ਹੋਇਆ 7 ਫੁੱਟਾ, ਇਹਦੇ ਮਗਰ 8 ਫੁੱਟਾ, ਅਤੇ ਬਸ ਚਲੋ ਇਦੂ ਬਾਅਦ ਆਹ ਕਰਾ ਕੇ, ਹੈ ਨਾ, ਆਪਾਂ ਵਹਾ ਕੇ ਇਹਦੇ ਬਾਅਦ ਆਪਾਂ ਬੈਲਟ ਲੈਣ ਚੱਲਾਂਗੇ ਇਹਦੀ ਅਲਟਰਨੇਟਰ ਦੀ, ਉਹ ਲਿਆ ਕੇ ਪਾਵਾਂਗੇ, ਬੇਸ ਤੋਂ ਬਿਨਾਂ ਜੀ ਜਾਂ ਹੀ ਲਾਦਾ ਹੈਗਾ, ਠੀਕ ਆ। ਇੰਨੇ ਪੈਸੇ ਲਾਏ ਹੁਣ ਡਿੱਕ ਚਲਾ ਨਹੀਂ ਸਕਦੇ, ਜਿਹਦੇ ਨਾਲ ਚਲੋ ਬੈਲਟ ਨਹੀਂ ਪੈਂਦੀ। ਮੌਸਮ ਬਹੁਤ ਖਰਾਬ ਹੋ ਗਿਆ, ਦੇਖੋ ਉੱਪਰ ਮੇਰੇ 2 ਇੰਚ ਲਾਏ ਹੋਏ ਆ। ਲਓ ਜੀ ਮਿੱਤਰੋ ਉਹ ਖੜਾ ਚੋਬਰ, ਇੱਧਰ ਫੋੜ ਲੱਗਿਆ ਪਿਆ, ਅਤੇ ਹੁਣ ਚੋਬਰ ਦੀ ਇੱਕ ਅੱਧੀ ਰੀਲ ਬਣਾ ਕੇ ਫਿਰ ਆਪਾਂ ਚੱਲਦੇ ਹਾਂ ਸੰਦੌੜ। ਇੱਕ ਗੇੜਾ ਹੀ ਰਹਿ ਗਿਆ ਸੀ ਮੇਰਾ ਤਾਂ, ਅਤੇ ਜਦ ਨੂੰ ਡੈਡੀ ਨੇ ਇਹ ਵੀ ਪਾ ਦੇਣਾ, ਹੈ ਨਾ, ਅਤੇ ਆਹ ਗੇੜਾ ਲਾ ਕੇ ਆਪਾਂ ਨਾਲੇ ਤੇਲ ਮੁੱਕ ਗਿਆ, ਨਾਲੇ ਤੇਲ ਪਵਾ ਕੇ ਲਿਆਉਂਦੇ ਹਾਂ, ਫੁੱਲ ਕਰਾ ਲਿਆਵਾਂਗੇ, ਅਤੇ ਨਾਲੇ ਆਪਾਂ ਕੀ ਹੁੰਦੇ ਆਗੇ ਬੈਲਟ ਪਵਾ ਲਵਾਂਗੇ ਇਹਦੀ। ਹਾਂ ਵਾਲੀ ਡਿਸਟਰਬੈਂਸ ਸਾਰੀ ਹੋਊਗੀ, ਸੋਰੀ। ਲਓ ਜੀ ਟਰੈਕਟਰ ਲੈ ਕੇ ਪਹੁੰਚ ਗਿਆ ਆਪਾਂ ਪੰਪ 'ਤੇ, ਅਤੇ ਬਾਈ ਹੁਣਾਂ ਨੂੰ ਵਿਪਤਾ ਪੈ ਜਾਂਦੀ ਹੈ ਨਾ ਜਦੋਂ ਮੈਂ ਆਇਆ ਨਾ ਜੀ, ਅਤੇ ਮਤਲਬ ਵੀ ਹੁਣ ਪਾਉਂਦੇ ਹਾਂ ਤੇਲ, ਪੈਪ ਲੱਭਦੇ ਸੀਗੇ ਜਿਹੜਾ, ਮਤਲਬ ਉਹਦੇ ਨਾਲ ਅਸੀਂ ਪਾਵਾਂਗੇ ਪੈਪ ਨਾਲ ਤੇਲ, ਅਤੇ ਦੇਖਦੇ ਹਾਂ ਜੇ ਕੋਈ ਲੱਭ ਗਿਆ ਤਾਂ ਫਿਰ ਪਾਉਂਦੇ ਹਾਂ ਤੇਲ, ਪਾਉਣਾ ਆਪਾਂ 4000 ਦਾ ਹੀ ਆ। ਤੇਲ ਤਾਂ ਜੀ ਮੈਂ ਪਵਾ ਲਿਆ, ਦੇਖੋ ਜੀ ਸੂਈ ਫਿਰਦੀ ਆ ਨਾ ਫੁੱਲ 'ਤੇ, 4000 ਦਾ ਪਵਾ ਲਿਆ, ਅਤੇ ਜਦੋਂ ਉੱਥੇ ਪਾਉਂਦੇ ਸੀ ਤਾਂ ਮੇਰੇ ਲਵੇ ਕੋਈ ਹੈ ਨਹੀਂ ਸੀ ਵੀਡੀਓ ਬਣਾਉਣ ਨੂੰ, ਇਸ ਕਰਕੇ ਮੈਂ ਸਿੱਧਾ ਹੋਰ ਹੀ ਆ ਗਿਆ, ਅਤੇ ਹੁਣ ਆਪਾਂ ਲੱਗੇ ਹਾਂ ਦੁਬਾਰੇ, 2 ਗੇੜੇ ਰਹਿ ਗਏ ਆ, ਮੈਂ ਕਿਹਾ ਨਾਲ ਦਵਾ ਦਾਂ, ਮੈਂ ਕਿਹਾ ਇਕੱਠੇ ਹੀ ਘਰੇ ਚੱਲਾਂਗੇ ਡੈਡੀ ਨਾਲ, ਅਤੇ ਚਲੋ ਆ ਦਵਾ ਦੀਏ ਗੇੜੇ ਬਸ ਦੋ। ਲਓ ਮਿੱਤਰੋ ਤੁਸੀਂ ਦੇਖ ਸਕਦੇ ਹੋ ਆਪਣਾ ਕੰਮ ਨਿਬੜ ਗਿਆ ਸਾਰਾ, ਅਤੇ ਇੱਧਰ ਆਪਣਾ ਜੌਂਡੀਅਰ ਖੜਾ ਗਾ, ਆਹ ਖੜਾ ਗਾ ਫੋਰਡ, ਚੱਕ ਤੁਸੀਂ ਵੈਦਰ ਸਰਾ ਹੋਇਆ ਪਿਆ ਸਰਾ। ਲਓ ਜੀ ਆ ਗਏ ਸੀਗੇ ਘਰੇ, ਹੁਣ ਲੱਗੇ ਸੀਗੇ ਰੂਟਾਵੇਟਰ ਕੱਢਣ, ਲਗਭਗ ਕਾਢੀ ਦਿੱਤਾ, ਇਕੱਲਾ ਕਰੋਸ ਰਹਿ ਗਿਆ, ਕਰੋਸ ਨਾਲ ਮੱਥਾ ਮਾਰਦੇ ਹਾਂ, ਗਰਮ ਆ ਨਾ ਥੋੜ੍ਹਾ ਜਿਹਾ, ਇਹਨੂੰ ਵੀ ਕੱਢਦੇ ਹਾਂ, ਅਤੇ ਬਾਕੀ ਹਵਾ ਬਹੁਤ ਠੰਡੀ ਠੰਡੀ ਚੱਲ ਰਹੀ, ਅੱਜ ਨਜ਼ਾਰਾ ਹੀ ਆ ਗਿਆ, ਅਤੇ ਫਿਰ ਆਪਾਂ ਅੰਦਰਲੇ ਘਰੇ ਚੱਲਦੇ ਹਾਂ। ਅਤੇ ਅਲਟਰਨੇਟਰ ਦੀ ਬੈਲਟ ਹਜੇ ਆਪਾਂ ਪਾਈ ਨਹੀਂ, ਡੈੱਕ ਉਵੇਂ ਹੀ ਚੱਲੀ ਜਾਂਦਾ ਗਾ, ਪਰ ਬੈਟਰੀਆਂ ਹਜੇ ਤੱਕ ਡੈੱਡ ਨਹੀਂ ਹੋਈਆਂ, ਅਤੇ ਹੁਣ ਆਪਾਂ ਅਲਟਰਨੇਟਰ ਦੀ ਬੈਲਟ ਲਿਆ ਕੇ ਪਾਉਂਦੇ ਹਾਂ, ਦੇਖਦੇ ਹਾਂ ਜੇ, ਹੈ ਨਾ, ਸੰਦੌੜੋਂ ਕਹਿੰਦੇ ਨੇ ਵੀ 3 ਵਜੇ ਆ ਜਾਓ, ਜੇ ਨਾ ਆਈ ਤਾਂ ਮੇਰੇ ਕੋਲ ਲਿਆਵਾਂਗੇ। ਲਓ ਜੀ ਅੰਦਰਲੇ ਘਰੇ ਲਾਤਾ ਮੈਂ ਟਰੈਕਟਰ ਲਿਆ ਕੇ, ਅਤੇ ਬਾਕੀ ਉਹ ਕਵਰ ਦੇਖ ਲਓ, ਉਦੋਂ ਹੀ ਉੱਡ ਉੱਡ ਕੇ ਇਕੱਠਾ ਹੋ ਗਿਆ ਉੱਪਰ ਨੂੰ, ਅਤੇ ਮਤਲਬ ਮੂਹਰੋਂ ਮੈਂ ਇਕੱਠਾ ਕੀਤਾ ਸੀਗਾ, ਉੱਤੋਂ ਹੋਇਆ ਨਹੀਂ ਗਾ, ਉਹ ਆਪਦੇ ਆਪ ਹੀ ਹੋ ਗਿਆ, ਪਿੱਛੋਂ ਹਵਾ 'ਚ ਹਵਾ ਚੱਲਦੀ ਸੀ ਨਾ ਤਾਂ ਕਰਕੇ। ਅਤੇ ਬਾਕੀ ਦੇਖ ਸਕਦਾ ਤੁਸੀਂ, ਹੁਣ ਆਪਾਂ ਚੱਲਦੇ ਹਾਂ, ਰੈਸਟ ਕਰਦੇ ਹਾਂ ਬਿੰਦ, ਫਿਰ ਇਸ ਤੋਂ ਬਾਅਦ ਆ ਨਾਲੇ ਨਹਾਉਂਦੇ ਹਾਂ ਕਿ ਦੇਖੋ ਕੀ ਹਾਲ ਬਣਿਆ ਪਿਆ, ਨਹਾ ਕੇ ਅਤੇ ਫਿਰ ਚੱਲਦੇ ਹਾਂ ਸੰਦੌੜ, ਫਿਰ ਦੇਖਦੇ ਹਾਂ ਬੈਲਟ ਤਾਂ ਪਤਾ ਕਰਦੇ ਹਾਂ ਨਹੀਂ ਮਿਲੂਗੀ ਤਾਂ ਕਿਤੇ ਹੋਰ। ਅਤੇ ਮਿੱਤਰੋ ਮੀਂਹ ਪੈ ਰਿਹਾ ਪੂਰਾ, ਚੱਲਦੇ ਹਾਂ ਆਪਾਂ ਗੁਰੀ ਵੀਰੇ ਦੇ ਘਰੇ, ਉਹ ਸਾਹਮਣੇ ਗੁਰੀ ਵੀਰੇ ਦਾ ਘਰ ਆ, ਮੀਂਹ 'ਚ ਜਾ ਰਿਹਾ ਮੈਂ, ਅਤੇ ਘਰੇ ਜੀ ਲੱਗਦਾ ਸੀ ਯਾਰ, ਮੈਂ ਕਿਹਾ ਚਲੋ ਮੀਂਹ 'ਚ ਹੀ ਚੱਲਦੇ ਹਾਂ। ਦੇਖੋ ਤੁਸੀਂ ਮੋਟਰਸਾਈਕਲ ਪੈਰ ਤਾਂ ਹਾਂ ਰੱਖੇ ਆ ਗਏ, ਕਿਉਂਕਿ ਥੱਲੇ ਪਾਣੀ ਪੈਂਦਾ ਸੀਗਾ, ਅਤੇ ਪਿੰਡ 'ਚ ਤਾਂ ਪਾਣੀ ਕਾਫੀ ਖੜਾ ਸੀਗਾ, ਤਾਂ ਕਰਕੇ ਮੈਂ ਉੱਥੇ ਵਲੌਗ ਨਹੀਂ ਬਣਾਇਆ, ਫੋਨ ਵੀ ਗਿੱਲਾ ਹੋ ਸਕਦਾ ਸੀ ਮੇਰਾ, ਉਰੇ ਤਾਂ ਮੀਂਹ ਘੱਟ ਤਾਂ ਵਲੌਗ ਬਣਾ ਲਿਆ। ਚਲੋ ਚੱਲਦੇ ਹਾਂ ਗੁਰੀ ਵੀਰੇ ਘਰੇ ਅੰਦਰ, ਅਤੇ ਤੁਹਾਨੂੰ ਅੰਦਰ ਜਾ ਕੇ ਮਿਲਦੇ ਹਾਂ, ਦੇਖਦੇ ਹਾਂ ਕੀ ਕੰਮ ਆ
आ गए सी आप गुरी वीर घरे देखो चल रहा इधर काम हलवाइया ठीक है। हाँ जी की हाल ने की बना रहे हो लड्डू बना रहे लड्डू पकौड़िया लड्डू बंडने के जेडे पिंड च लड्डू फेरदे हुंदे आ ओके ओ फेरने अज ठीक है ओके ठीक है जी। ते बाकी इधर गेट खुला सीगा पिछे तुसी वैदर चेक करो यार सरा पानी पै गया कैमरे ते बाकी तुसी चेक करो ना भर के खड़ाते यार देखो ये अपने ही आ गए हल आए हुए पूरे भरे खड़े आ मीह पै रहा है मीह नहीं रुकता है वधिया सवाद इधर जनरेटर चलाता लाइट चली गई सी हम जनरेटर चलाया है ये बात सुन दी तो ठीक है मित्रों लड्डुआ के लड्डू देखो तीन क्या बात है एक दो तीन चार पांच पांच मंजे भरे पे है ना हम की करना लड्डुआ तेन पता कुछ की करना दस दे पता नहीं पता फेरा गे पिंड च गुरी वीर डैडी तुम पहला देखा ही होगा ब्लॉग च है ना जी कुछ कहना चाहते हो कि चा थे मुंडे का पे है की कहना चाहते हो दस दो जो कुछ कहना गा है संघो ना ब्लॉग वधिया होंगे ओके ते ले लिया संघे ना करो ठीक है वीडियो च ठीक है जी कुछ कहना चाहते हो कितनी खुशी है तुहानू मुंडा मुंडा बयान नहीं कर सकता यानी कि ये ब्लॉग तो बाजो पैणगे सारी ब्याह वाले की करता ए चलाता जनरेटर से लोड पाता होर फिर की हाल चाल ने ओके रिपोर्ट चाचे स्पेशल दवाई लिया दी अच्छा बाल काले करने चौथी दवाई लेके आया नहीं ਉਹ ਤਾਂ ਮਜ਼ਾਕ ਕਰਦੇ ਸੀ ਬਾਕੀ ਤੁਸੀਂ ਵੈਦਰ ਦੇਖੋ ਤੇ ਚਾਚਾ ਵੀ ਬਹੁਤ ਪੈ ਗਿਆ ਬਹੁਤ ਪੈ ਗਿਆ ਨਿਹਰਾ ਆ ਗਿਆ ਹੋਰ ਉਹ ਚੱਲ ਕੇ ਗੇੜਾ ਮਾਰ ਕੇ ਮਾਰੇ ਤੇ ਜਾਣਾ ਗੇੜਾ ਤਾਂ ਅਸੀਂ ਮਾਰਿਆ ਬਾਹਰਲੇ ਘਰੇ ਚੱਲਦੇ ਆਪਾਂ ਬਾਹਰਲੇ ਘਰੇ ਕਰਨਾ ਉੱਥੇ ਜਾਣਾਗਾ ਗੁਰੀ ਕੇ ਦੁਬਾਰੇ ਮੈਂ ਫੋਨ ਚਾਰਜ ਕਰਨ ਆਇਆ ਸੀ ਗਾਈਜ਼ ਫੋਨ ਚਾਰਜ ਹੋ ਗਿਆ ਹੁਣ ਦੁਬਾਰੇ ਚੱਲਦੇ ਆ ਹੁਣ ਕੀ ਕੰਮ ਕਰਨਾਗਾ ਮੰਜੇ ਹੁਣ ਤੋਂ ਦੋ ਦਿਨ ਘਾਟਿਆ ਰੋ ਹਾਂਜੀ ਤੇ ਇਕੱਠੇ ਕਰ ਦਿਓ ਹੁਣ ਮੰਜੇ ਉੱਧਰ ਲੈ ਜੀਏ ਹਾਂ ਇੱਕ ਵਾਰੀ ਬਰਾਬਰ ਟੇਸਟ ਕਰਕੇ ਦੇਖ ਲਈਏ ਯੈਸ कम चढ़ा देगा तू अगले हलवाई पुणे का कम करा हो नंबर तो दे दे गोलगप्पे दे हां हां नंबर उपर लिखा ना यहां देखा मैं दिना तेन नंबर एक मिनट कुछ और ना दिखा दी ਪਿਆ ਚਾਰ ਦਿਨ ਫੋਨ ਹੀ ਆਈ ਜਾਣ ਨੂੰ ਉਹ ਤਾਂ ਆਪਾਂ ਪਹਿਲੇ ਲਗਾਏ ਬਹੁਤ ਹੁੰਦਾ ਹੈ ਵੀ ਪਹਿਲੀ ਬਹੁਤ ਤੁਸੀਂ ਖਾਣੇ ਹੋ ਹਾਂ ਭਾਈ ਤੈਨੂੰ ਕੋਈ ਫਿਰ ਇਤਰਾਜ਼ ਤਾਂ ਨਹੀਂ ਕੋਈ ਇਤਰਾਜ਼ ਨਹੀਂ ਬਿਨੋ ਜੀ ਬਾਅਦ ਚ ਨਾ ਕਿਹੋ ਬਾਅਦ ਚ ਕਹੀ ਨਾ ਨਹੀਂ ਆਪਾਂ ਨੂੰ ਕੋਈ ਇਤਰਾਜ਼ ਨਹੀਂ ਪਰ ਨਹੀਂ ਪਤਾ ਵੀ ਹਰਿਆਣੇ ਚ ਵੀ ਫੋਨ ਆਉਣ ਹਾਂ ਜਿੱਥੋਂ ਮਰਜੀ ਆਉਣ ਜੀ ਜਾਏ ਦੁਬਈ ਜਾਏ ਅਮਰੀਕਾ ਜਾਣਾ ਪਊਗਾ ਫਿਰ ਦੇਖੋ ਡਿਲੀਵਰੀ ਮੈਂ ਕਰ ਸਕਦਾ ਸਾਡੇ ਹਲਵਾਈ ਨੂੰ ਕੰਟੈਕਟ ਕਰੋ ਰੇੜੀ ਤੇ ਆ ਕੇ ਖਾ ਸਕਦੇ ਹੋ ਹਾਂ ਰੇੜੀ ਤੇ ਆ ਕੇ ਖਾ ਸਕਦੇ ਹੋ ਤੇ ਕਿੱਥੇ ਨੰਬਰ ਕਿੱਥੇ ਲਿਖਿਆ ਆ ਨੰਬਰ ਕਿੱਥੇ ਲਿਖਿਆ ਆ ਦੇਖ ਨੰਬਰ ਦਿਖਾ ਆਪਣੇ ਹਲਵਾਈ ਦਾ ਨੰਬਰ ਆ ਦੇਖੋ ਤੁਸੀਂ ਉੱਪਰ ਇੱਥੇ ਗੁਰੀ ਵੀਰ ਦਾ ਨੰਬਰ ਲਿਖਿਆ ਹੋਇਆ ਸੀ ਗੱਲ ਕੋ ਲਿਆ ਆ ਕਰ ਲਿਓ ਕੰਟੈਕਟ ਦੋਨੇ ਨੰਬਰਾਂ ਦੇ ਤਾਂ ਕਰ ਦਿਓ ਮਿਸ ਫਿਰ ਮਿਸ ਠੀਕ ਹੈ ਤੁਸੀਂ ਮੈਂ ਹਲਵਾਈ ਨੂੰ ਸੋਚੋ ਆਪਣੀ ਕਰਨੀ ਅੱਛਾ ਸੁਣਾਗੇ ਸਾਹਿਬ ਦੇ ਕਨੈਕਟਰ ਯਾਰ ਕੀ ਗੱਲ ਆ ਦੇ ਬਾਹਰ ਕਰੇ ਜਾਣ ਕੋਈ ਚੱਕਰ ਹੀ ਨਹੀਂ ਦੋ ਦਾ जी नहीं लगता यार मंजा ब्याह मुंडा काम कर रहा हां हां कल ब्याह च बैठना चाहिए काम भी करना चाहिए
ਇਹਨਾਂ ਨੂੰ ਉਹ ਵੀ ਕਹਿੰਦੇ ਹੁੰਦੇ ਆ ਕਿੱਲਾ ਉਹ ਖੁਰਮੇ ਹਾਂ ਖੁਰਮੇ ਪੰਜਾਬੀ ਪੰਜਾਬੀ ਦਾ ਖੁਰਮੇ ਕਹਿੰਦੇ ਨੇ ਹਾਂ ਸਾਰੇ ਨਾਲ ਸ਼ਕਰ ਪਾਰੇ ਨੇ ਉਹ ਸ਼ਕਰ ਪਾਰੇ ਓਏ ਹਲਾ ਹੈ ਨੂਣ ਮੱਚ ਕਿਵੇਂ ਨੂਣ ਨੂਣ ਘਟਾ ਨਾ ਹਨਾ ਪਹਿਲਾਂ ਕਹਿੰਦਾ ਨੂਣ ਘਟਾ ਆ ਹੁੰਦਾ ਜੀ ਮੰਜਾ ਲਾ ਦੀ ਅੰਦਰ ਉਧਰ ਤੇ ਲਓ ਮਿੱਤਰੋ ਉਦੋਂ ਮੀਂਹ ਪੈਂਦੇ ਆਪਾਂ ਟਰੈਕਟਰ ਕਰਤਾ ਸੀ ਅੰਦਰ ਤੇ ਹੁਣ ਆਪਾਂ ਦੁਬਾਰਾ ਬਾਹਰ ਕੱਢਣ ਲੱਗੇ ਹਾਂ ਕਿਉਂ ਕੱਢਣ ਲੱਗੇ ਹਾਂ ਕਿਉਂਕਿ ਆਪਾਂ ਪਵਾ ਕੇ ਲੈਣੀ ਆ ਅਲਟਰਨੇਟਰ ਦੀ ਬੈਲਟ ਚਲੋ ਫਿਰ ਚੱਲਦੇ ਹਾਂ ਕਿਰਾਂ ਬੈਲਟ ਪਵਾ ਕੇ ਲਿਆਉਂਦੇ ਹਾਂ ਦੇਖਦੇ ਹਾਂ ਫਿਰ ਚੱਕਰ ਚੁੱਕਰ ਕਿਵੇਂ ਮਤਲਬ ਹੁਣ ਤਾਂ ਹੀ ਤੋੜਦਾ ਸਾਰਾ ਕੁਛ ਚੈੱਕ ਕਰਾਂਗੇ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਨਾਲ ਦੀ ਨਾਲ ਠੀਕ ਆ ਚਲੋ ਕਿਰਾਂ ਹੋ ਮਾਰ ਦਈਏ ਸੈਲਫ ਮਾਰ ਦਈਏ ਮਾਰ ਹੀ ਦਿੰਦੇ ਹਾਂ ਤੇ ਜੀ ਟਰੈਕਟਰ ਆਪਣਾ ਉਹ ਖੜਾ ਗਾ ਇੱਕ ਨਾ ਡਿੱਗ ਪਿਆ ਸੀ ਅਲਟਰਨੇਟਰ ਦਾ ਮੈਨੂੰ ਲੱਗਦਾ ਕੱਲ੍ਹ ਟਾਇਰ ਕਰਨਾ ਭੁੱਲ ਗਏ ਉਹ ਆਪਾਂ ਪਾ ਲਿਆ ਅਤੇ ਟਾਇਰ ਤਾਂ ਹੁਣ ਉੱਥੇ ਜਾ ਕੇ ਕਰ ਲਵਾਂਗੇ ਉਹਨੂੰ ਸੰਭਾਲ ਕੇ ਹੁਣ ਮਤਲਬ ਸਵੇਰੇ ਲਾਤਾ ਨਾਟ ਹੈ ਨਾ ਚਲੋ ਕਿਹਨਾਂ ਚੱਲੀਏ ਸੰਦੌੜ ਪੈਸੇ ਚੱਕਣਾ ਸੀਗਾ ਮੈਂ ਤਾਂ ਘਰੇ ਪੈਸੇ ਚੱਕ ਲਏ ਲਓ ਜੀ ਮਿੱਤਰੋ ਆ ਗਿਆ ਆਪਾਂ ਸੰਦੌੜ ਅਤੇ ਬਾਕੀ ਪਵਾਉਂਦੇ ਹਾਂ ਬੈਲਟ ਮਿਸਤਰੀ ਜੀ ਫੜਨ ਗਏ ਹੋਏ ਬੈਲਟ ਫਿਰ ਉਹ ਲਿਆ ਕੇ ਚਾੜਨੀ ਆ ਬਸ ਹੋਰ ਕੋਈ ਕੰਮ ਨਹੀਂ ਕਰਨਾ ਬਸ ਉਹ ਚਾੜ ਕੇ ਆਪਾਂ ਲੈ ਜਾਣਾ ਆਓ ਜੀ ਹੁਣ ਪਾਉਣ ਲੱਗੇ ਹਾਂਗੇ ਬੈਲਟ ਬਸ ਚੜ੍ਹਦੇ ਹੋਏ ਚੜ੍ਹ ਗਈ ਅੱਛਾ ਚੜ੍ਹੀ ਨਹੀਂ ਬਸ ਚਾੜ ਦਿੰਦੇ ਹਾਂ ਵੀਹ ਨੰਬਰ ਲੈਂਦੀ ਸੀਗੀ ਜੇ ਛੁੱਟੀ ਰਹਿ ਗਈ ਫਿਰ ਔਖਾ ਹੋ ਜੂਗਾ ਫਿਰ ਤਾਂ ਲੋਟ ਨਹੀਂ ਆਉਣਾ ਕੰਮ ਮੇਰੇ ਕੋਲ ਜਾਣਾ ਪਊਗਾ ਅਤੇ ਪਾਉਂਦੇ ਹਾਂ ਬੈਲਟ ਫਿਰ ਦੇਖਦੇ ਚਲਾ ਕੇ ਟਰੈਕਟਰ ਵੀ ਕੁਛ ਫਰਕ ਪੈਂਦਾ ਲਓ ਜੀ ਕਾਫੀ ਖਿੱਚਣ ਤੋਂ ਬਾਅਦ ਬੈਲਟ ਪੈ ਗਈ ਪਾਉਣ ਲੱਗੇ ਢਿੱਲੀ ਸੀਗੀ ਜਾਣੀ ਕਿ ਪਾਉਣ ਲੱਗੇ ਟਾਇਟ ਸੀਗੀ ਹੁਣ ਢਿੱਲੀ ਆ ਮੈਂ ਹੁਣ ਟਾਇਟ ਕਰਤੀ ਮਿਸਤਰੀ ਨੇ ਨਟ ਪਾਉਣਾ ਪਊਗਾ ਉੱਧਰ ਕਿਹੜੇ ਹਿਸਾਬ ਨਾਲ ਪਊਗਾ ਜੀ ਨਟ ਉਹ ਨਟ ਤਾਂ ਪੈ ਜੂ ਪੈ ਜੂਗਾ ਚਲੋ ਪਾ ਲਓ ਚੱਲ ਪੀ ਅਤੇ ਮਿੱਤਰੋ ਆਹ ਬੈਲਟ ਢਿੱਲੀ ਹੈ ਇਸ ਕਰਕੇ ਬੈਲਟ ਸਲਿੱਪ ਕਰ ਰਹੀ ਆ ਹੁਣ ਇਹਨੂੰ ਆਪਾਂ ਟਾਇਟ ਕਰਾਂਗੇ ਹੋ ਜੂਗਾ ਜੀ ਹੈ ਨਾ ਹਜੇ ਹੋਰ ਟਾਇਟ ਹੋ ਜੂਗੀ ਅਜੇ ਹੈਗੀ ਆ ਜਗ੍ਹਾ ਥੋੜ੍ਹੀ ਫੁੱਲ ਟਾਇਟ ਚੱਲੂਗੀ ਹੈ ਨਾ ਜੀ ਬੈਲਟ ਇਹ ਕਿਉਂ ਚੱਲੂਗੀ ਜੀ ਫੁੱਲ ਟਾਇਟ ਮਾੜੀ ਦੱਸ ਦਿਓ ਲੋਡ ਵੱਧ ਮੈਂ ਕਿਹਾ ਥੋੜ੍ਹਾ ਜਿਹਾ ਡਿਟੇਲ 'ਚ ਦੱਸ ਦੂੰ ਲੋਡ ਜ਼ਿਆਦਾ ਇਹਦੇ ਆਹ ਚੀਜ਼ 'ਤੇ ਆਹ ਚੀਜ਼ 'ਤੇ ਲੋਡ ਜ਼ਿਆਦਾ ਪੈ ਗਿਆ ਤਾਂ ਕਰਕੇ ਆਹ ਬੈਲਟ ਹੁਣ ਮਤਲਬ ਟਾਇਟ ਹੀ ਚੱਲੂਗੀ ਕਰਦੀ ਹੈ ਟਾਇਟ ਫਿਰ ਦੇਖਦੇ ਹਾਂ ਸਟਾਰਟ ਕਰਕੇ ਕੀ ਬਣਦਾ ਕੀ ਨਹੀਂ ਤੁਹਾਨੂੰ ਦਿਖਾਉਂਦੇ ਨਾਲ ਹੋ ਗਿਆ ਜੀ ਟਾਇਟ ਓਕੇ ਅਤੇ ਹੁਣ ਆਪਾਂ ਦੁਬਾਰਾ ਸਟਾਰਟ ਕਰਕੇ ਦੇਖਦੇ ਹਾਂ ਉਹ ਤਾਂ ਚੀਕਾਂ ਨਿਕਲ ਗਈਆਂ ਹੁਣ ਦੇਖਦੇ ਹਾਂ ਚੀਕਾਂ ਤਾਂ ਨਿਕਲ ਅਜੇ ਵੀ ਮਿੱਤਰੋ ਲੋਡ ਜ਼ਿਆਦਾ ਆ ਮਤਲਬ ਪਲੈਨ ਫੇਲ ਨਾ ਹੋ ਜਾਵੇ ਔਰ ਬੈਲਟ ਕੱਢਣੀ ਪੈ ਜਾਵੇ ਉਤਰਨ ਲਈ ਫਿਰ ਉਹ ਵੀ ਕਰਨਾ ਪਊਗਾ ਜਾਂ ਤਾਂ ਐਂ ਹੋ ਜਾਵੇ ਮਿਸਤਰੀ ਹੈ ਨਾ ਆਪਾਂ ਪਰ ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਣਾ ਨਾ ਵੀ ਵੱਡੀ ਬੈਲਟ ਵੀ ਪਾ ਦਈਏ ਅਤੇ ਆ ਛੋਟੀ ਵੀ ਇੱਕ ਨਾਲ ਫਿਰ ਵੀ ਕੋਈ ਫਰਕ ਨਹੀਂ ਪੈਣਾ ਨਾ ਅਤੇ ਮਿੱਤਰੋ ਹੋ ਗਿਆ ਉਹੀ ਕੰਮ ਮੇਰੇ ਕੋਲ ਜਾਣਾ ਪਊਗਾ ਹੈ ਮਿਸਤਰੀ ਜਾਣਾ ਪਊਗਾ ਮੇਰੇ ਕੋਲ ਭੇਜ ਨਹੀਂ ਹੈਗੇ ਕੀ ਪਤਾ ਵਰੀ ਸਰ ਜਾਵੇ ਦੇਖਦੇ ਹਾਂ ਬੈਲਟ ਆ ਕਹਿੰਦੇ ਵੀ ਪੁਰਾਣੀ ਵਾਲੀ ਹੋ ਗਈ ਵੀ ਨਵੀਂ ਪਾ ਕੇ ਦੇਖਦੇ ਹਾਂ ਜੇ ਫਰਕ ਪਿਆ ਕੋਈ ਕਿਉਂਕਿ ਨਵੀਂ ਹਾਰਡ ਹੁੰਦੀ ਆ ਨਾ ਅਤੇ ਨਵੀਂ ਫਰਕ ਪਾ ਸਕਦੀ ਆ ਬਾਕੀ ਦੇਖਦੇ ਹਾਂ ਲੋਡ ਹੀ ਬਹੁਤ ਅਲਟਰਨੇਟਰ ਦਾ ਕੀ ਕਰੀਏ ਮਿੱਤਰ ਆਹ ਦੇਖੋ ਤੁਸੀਂ ਹੁਣ ਆਹ ਬੈਲਟ ਦਾ ਕੀ ਹਾਲ ਕਰਤਾ ਲੈ ਇਹ ਤਾਂ ਇੱਕ ਕੁਛ ਹੋਊਗਾ ਜਦ ਉਹ ਬੈਲਟ ਚੱਲੂ ਜਦ ਉਹ ਬੈਲਟ ਚੱਲੂ ਹੁਣ ਆਹ ਟਾਇਟ ਹੋ ਗਈ ਹੁਣ ਆਹ ਢਿੱਲੀ ਹੋ ਗਈ ਚੱਲ ਕੇ ਦੇਖੋ ਸਾਈਡ ਤੋਂ ਵੱਢੀ ਗਈ ਹੈ ਕਿਉਂਕਿ ਇਹ ਪੁਲੀਆਂ ਨਵੀਆਂ ਨਹੀਂ ਇਹ ਵੱਢਣਗੀਆਂ ਇੱਕ ਵਾਰ ਤਾਂ ਗਰਮ ਹੋਈ ਪਈ ਆ ਜਮ੍ਹਾਂ ਅੱਗ ਵਰਗੀ ਅਤੇ ਬਸ ਇਹਨੂੰ ਟਾਇਟ ਕਰਦੇ ਹਾਂ ਹੁਣ ਆਹ ਬੈਲਟ ਨੂੰ ਫਿਰ ਦੇਖਦੇ ਹਾਂ ਹੁਣ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਹੈ ਨਾ ਮੈਂ ਘਰੇ ਆ ਗਿਆ ਅਤੇ ਉਹ ਆਪਣਾ ਪਲੈਨ ਫੇਲ ਹੋ ਗਿਆ
ਠੀਕ ਆ ਡਬਲ ਪੁਲੀ ਵਾਲਾ ਹੁਣ ਆਪਾਂ ਕੁਛ ਹੋਰ ਕਰਾਂਗੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੂ ਉਹਦੇ ਨਾਲ ਟਰੈਕਟਰ ਲੋਡ ਵੀ ਨਹੀਂ ਲਊਗਾ ਅਤੇ ਹੈ ਨਾ ਅਤੇ ਬਾਕੀ ਬੈਲਟ ਵੀ ਨਹੀਂ ਮੱਚੂਗੀ ਅਤੇ ਬਾਕੀ ਪੂਰਾ ਫਰੀ ਹੋ ਕੇ ਚੱਲੂ ਉਹਦੇ ਨਾਲ ਠੀਕ ਆ ਉਹ ਜਗਾੜ ਤੁਹਾਨੂੰ ਕੱਲ੍ਹ ਨੂੰ ਦਿਖਾਵਾਂਗੇ ਠੀਕ ਆ ਅਤੇ ਹੁਣ ਅੰਦਰ ਲਾਉਣਾ ਮੈਂ ਇੱਕ ਵਾਰ ਤੁਹਾਨੂੰ ਸਮਝਾ ਜ਼ਰੂਰ ਦੇਵਾਂਗੇ ਵੀ ਕਰਨਾ ਕੀ ਆ ਹੈ ਨਾ ਅਤੇ ਦੇਖੋ ਤੁਸੀਂ ਟਰੈਕਟਰ ਨੇ ਕੀ ਕਰਤਾ ਸਾਰਾ ਭਰਤਾ ਇੱਧਰ ਵੀ ਅਤੇ ਚੌੜੇ ਟਾਇਰ ਆ ਗਏ ਮੈਂ ਆਇਆ ਸਿਰਫ 1500 ਚੱਕਰ 'ਤੇ ਹਾਂ ਉਹ 'ਤੇ ਵੀ ਜਦੋਂ ਪਾਣੀ ਆ ਜਾਂਦਾ ਤਾਂ ਭਗਾ ਕੇ ਆਹ ਕੱਪੜਾ ਟੁੱਟਿਆ ਹੋਇਆ ਤਾਂ ਕਰਕੇ ਅਤੇ ਮਿੱਤਰੋ ਪਹਿਲਾਂ ਤੁਸੀਂ ਦੇਖ ਹੀ ਲਿਆ ਵੀ ਇਹ ਬੈਲਟਾਂ ਕਿਵੇਂ ਚੀਕਾਂ ਮਾਰਦੀਆਂ ਨੇ ਇਹ 'ਤੇ ਲੋਡ ਜ਼ਿਆਦਾ ਪੈਂਦਾ ਗਾ ਤਾਂ ਕਰਕੇ ਹੁਣ ਕੱਲ੍ਹ ਨੂੰ ਆਪਾਂ ਕੀ ਕਰਨਾ ਥੱਲੇ ਕਰੈਂਕ ਆ ਨਾ ਕਰੈਂਕ 'ਤੇ ਆਪਾਂ ਡਬਲ ਪੁਲੀ ਕਰਕੇ ਅਤੇ ਉੱਥੋਂ ਸਿੱਧਾ ਉਰੇ ਉਹ ਪਾਵਾਂਗੇ ਅਤੇ ਉਹ ਜਦੋਂ ਵੱਡੀ ਪੁਲੀ ਆ ਉੱਧਰ ਤਾਂ ਚੱਕਰ ਇੱਧਰ ਇਹਦੇ ਵੱਧ ਜਾਣੇ ਆ ਇਹਨੇ ਲੋਡ ਘੱਟ ਲੈਣਾ ਗਾ ਠੀਕ ਆ ਅਤੇ ਇੱਦਾਂ ਆਪਾਂ ਕਰਨਾ ਨਹੀਂ ਉੱਧਰ ਵੀ ਪੁਲੀ ਵੱਡੀ ਪਾ ਕੇ ਦੇਖ ਲਵਾਂਗੇ ਹੈ ਨਾ ਅਤੇ ਇੱਦਾਂ ਕੁਛ ਜਗਾੜ ਕਰਨਾ ਪੈਣਾ ਅਤੇ ਬਾਕੀ ਇਹ ਸਿੰਗਲ ਬੈਲਟ ਪਾਈ ਸੀ ਉਹਦੇ ਨਾਲ ਕੀ ਹੁੰਦਾ ਗਾ ਟਰੈਕਟਰ ਲੋਡ ਮੰਨਦਾ ਚੱਕਰ ਤੋੜਦਾ ਗਾ ਮੇਨ ਗੱਲ ਇਹ ਆ ਤਾਂ ਕਰਕੇ ਕਰਿਆ ਇਹ ਨਹੀਂ ਚੱਲੀ ਤਾਂ ਜਾਂਦਾ ਸੀਗਾ ਚੱਲਣ ਨੂੰ ਤਾਂ ਕੀ ਆ ਚੱਲੀ ਤਾਂ ਜਾਂਦਾ ਸੀਗਾ ਪਰ ਟਰੈਕਟਰ ਨੂੰ ਐਂ ਲੱਗਦਾ ਸੀ ਮਹਿਸੂਸ ਹੁੰਦਾ ਸੀ ਵੀ ਜਿਵੇਂ ਕਿਸੇ ਨੇ ਬ੍ਰੇਕ ਲਾਏ ਹੁੰਦੇ ਹੈਗੇ ਇੱਦਾਂ ਟਰੈਕਟਰ ਚੱਲਦਾ ਸੀਗਾ ਖੁੱਲ੍ਹ ਕੇ ਜੇ ਨਹੀਂ ਚੱਲਦਾ ਸੀ ਹੁਣ ਜਿੱਦਣ ਦੀ ਆਹ ਮਤਲਬ ਆਹ ਓਰੀਜਨਲ ਬੈਲਟ ਪਾਈ ਆ ਦੁਬਾਰੇ ਤਾਂ ਟਰੈਕਟਰ ਇੰਨਾ ਵਧੀਆ ਚੱਲਦਾ ਜਾਣੀ ਕਿ ਰੈਲਾ ਚੱਲਦਾ ਬਾਹਲਾ ਅਤੇ ਉਹ ਹੁਣ ਟਰੈਕਟਰ ਰੈਲਾ ਨਹੀਂ ਚੱਲਦਾ ਸੀਗਾ ਅਤੇ ਬਾਕੀ ਹੁਣ ਕਰਾਂਗੇ ਜਗਾੜ ਇਹਦਾ ਕੱਲ੍ਹ ਨੂੰ ਦੇਖਦੇ ਹਾਂ ਕੱਲ੍ਹ ਨੂੰ ਇਹਦਾ ਆਹ ਆਹ ਕੱਢ ਕੇ ਅਤੇ ਪਹਿਲਾਂ ਇਹਨੂੰ ਓਕਣੀ ਓਰੀਜਨਲ ਕਰ ਦਾਂਗੇ ਅਤੇ ਇਹਨੂੰ ਆਪਾਂ ਸਿੱਧਾ ਕਰੈਂਕ ਤੋਂ ਪਾਵਾਂਗੇ ਕਈ ਕਹਿਣਗੇ ਬਾਈ ਕਰੈਂਕ 'ਤੇ ਲੋਡ ਪਊਗਾ ਕਰੈਂਕ 'ਤੇ ਲੋਡ ਤਾਂ ਬਾਈ ਪਹਿਲਾਂ ਵੀ ਸੀਗਾ ਜਦੋਂ ਆਹ ਬੈਲਟ ਆਪਾਂ ਲੰਬੀ ਪਾਈ ਸੀਗੀ ਅਤੇ ਉਹ ਤਾਂ ਪੈਣੀ ਪੈਣਾ ਗਾ ਹੁਣ ਜਦੋਂ ਅਲਟੀਨੇਟਰ ਵੱਡਾ ਲਾਉਣਾ ਨਹੀਂ ਜੇ ਕਰੈਂਕ ਵਾਲਾ ਵੀ ਆਪਣਾ ਫੇਲ ਹੋ ਗਿਆ ਤਾਂ ਫਿਰ ਆਪਾਂ ਪੀ ਡੀ ਓ 'ਤੇ ਲਾ ਦੇਣਾ ਫਿਰ ਆਪਾਂ ਦੇਖਣਾ ਹੀ ਨਹੀਂ ਫਿਰ ਆਪਾਂ ਪੀ ਡੀ ਓ 'ਤੇ ਲਾ ਕੇ ਨਾ ਮਗਰ ਗੇਅਰ ਬੋਕਸ ਬਣਾ ਦੇਣਾ ਪੀ ਡੀ ਓ ਲਈ ਵੀ ਉਹਦੇ ਚੱਕਰ ਪੂਰੇ ਕਰਦਿਆ ਕਰੇ ਆਹ ਅਲਟੀਨੇਟਰ ਦੇ ਅਤੇ ਉਹਦੇ ਹਿਸਾਬ ਨਾਲ ਫਿਰ ਉਹਨੂੰ ਲਾਵਾਂਗੇ ਬਾਕੀ ਚਲੋ ਮਿਲਦੇ ਹੁਣ ਕੱਲ੍ਹ ਨੂੰ ਆਏ ਦੇ ਬਲਾ ਉਹਦੇ ਵਿੱਚ ਇੰਨਾ ਕੀ ਅਤੇ ਅਲਟੀਨੇਟਰ ਨੇ ਬਹੁਤ ਪੰਗੇ ਪਾਤੇ ਅੱਜ ਬੈਲਟ ਮਚਾ ਕੇ ਆਏ ਹਾਂ ਉਹ ਜਿਹੜੀ ਨਵੀਂ ਪਾਈ ਸੀਗੀ 20 ਨੰਬਰ ਆਪਾਂ ਕਈ ਕਹਿਣਗੇ ਵੀ ਉਹ ਹੈ ਨਾ ਬੈਲਟ ਚੌੜੀ ਸੀਗੀ ਵੀ ਸਾਈਡਾਂ ਤੋਂ ਮੱਚ ਕੇ ਉਹ ਵਿੱਚ ਚਲੀ ਗਈ ਬਾਈ ਉਹ ਬੈਲਟ ਚੌੜੀ ਹੀ ਪੈਣੀ ਆ ਕਿਉਂਕਿ ਉੱਤਲੀ ਪੁਲੀ ਆ ਜਿਹੜੀ ਉਹ ਚੌੜੀ ਆ ਥੱਲੀ ਹੈਗੀ ਜਿਹੜੀ ਉਹ ਪਤਲੀ ਆ ਅਤੇ ਉਹ ਉਹਨਾਂ ਸਾਈਜ਼ ਦਾ ਫਰਕ ਹੈਗਾ ਅਤੇ ਉਹਦੇ 'ਚ ਬੀ ਨੰਬਰ ਬੈਲਟ ਹੀ ਪੈਣੀ ਆ ਜੇ ਏ ਨੰਬਰ ਪਾਉਂਦੇ ਹਾਂ ਤਾਂ ਉਹ ਬਾਹਲੀ ਢਿੱਲੀ ਆ ਏ ਨੰਬਰ ਜਾਣੀ ਕਿ ਬਾਹਲੀ ਵਿੱਚ ਬਾਹਲੀ ਰਹਿੰਦੀ ਹੈਗੀ ਅਤੇ ਏ ਨੰਬਰ ਸੱਟਣਾ ਹੀ ਬੀ ਨੰਬਰ ਹੀ ਬੈਲਟ ਸੈੱਟ ਆਊ ਉਹ ਹਾਰਡ ਹੁੰਦੀ ਆ ਥੋੜ੍ਹੀ ਜੀ ਅਤੇ ਬਾਕੀ ਸੀ ਨੰਬਰ ਨਹੀਂ ਪੈਣੀ ਹੈਗੀ ਸੀ ਨੰਬਰ ਬਾਹਲੀ ਜ਼ਿਆਦਾ ਉਹ ਹੁੰਦੀ ਹੈਗੀ ਅਤੇ ਸਾਰਾ ਕੁਛ ਕਰਕੇ ਦੇਖ ਲਿਆ ਹੁਣ ਤਾਂ ਆਪਾਂ ਕਰੈਂਕ ਤੋਂ ਹੀ ਪਾਉਣੀ ਪਊਗੀ ਬਸ ਉਹੀ ਇਲਾਜ ਆ ਉਹ ਕੱਲ੍ਹ ਨੂੰ ਪਾ ਕੇ ਦੇਖ ਲਵਾਂਗੇ ਜੇ ਨਾ ਸੈੱਟ ਹੋਇਆ ਫਿਰ ਪੀ ਡੀ ਓ 'ਤੇ ਠੀਕ ਆ ਅਤੇ ਬਾਕੀ ਇੱਕ ਬਾਈ ਅੱਜ ਮੈਨੂੰ ਕਹਿੰਦਾ ਸੀਗਾ ਉੱਥੇ ਮੇਰੇ ਨਾਮ ਕਾਲ ਕਰਦਾ ਸੀਗਾ ਕਹਿੰਦਾ ਵੀ ਹੈ ਨਾ ਤੂੰ ਮਾੜੇ ਰੂਟਾਂ ਬੇਟਰ ਜਿੰਨਾ ਤਾਂ ਕਹਿੰਦਾ ਨਾਲ ਹੀ ਰੋਡ ਚੱਕੀ ਫਿਰਦਾਂਗਾ ਕਹਿੰਦਾ ਮੈਂ ਕਿਹਾ ਸਹੀ ਗੱਲ ਆ ਗਈ ਮਾੜੇ ਰੂਟਾਂ ਬੇਟਰ ਜਿੰਨਾ ਹੀ ਲੋਡ ਹੈਗਾ ਇਹਦਾ ਇੰਨਾ ਲੋਡ ਪਾਉਂਦਾ ਟਰੈਕਟਰ 'ਤੇ ਚੱਕਰ ਤੋੜਦਾ ਟਰੈਕਟਰ ਕਿੱਥੇ ਯਾਰ ਰਾਤ ਮੈਂ ਤੁਹਾਨੂੰ ਦਿਖਾਇਆ ਸੀਗਾ 3100-3200 ਚੱਕਰ ਫੜ ਲੈਂਦਾ ਸੀਗਾ ਹੁਣ ਤਾਂ 2500 ਵੀ ਮਸਾਂ ਹੀ ਫੜਦਾ ਗਾ ਚੱਕਰ ਤੁਰਦਾ ਹੀ ਨਹੀਂ ਉਹ ਵੀ ਉਦੋਂ 2500 ਚੱਕਰ ਤੋਂ ਬਾਅਦ ਭੱਜਦਾ ਨੀਗਾ ਉੱਥੇ ਹੀ ਖੜ ਜਾਂਦਾ ਉੱਥੇ ਹੀ ਬ੍ਰੇਕ ਲੱਗ ਜਾਂਦੇ ਇਹਦੇ ਅਤੇ ਓਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਵਲੌਗ ਦੇ ਵਿੱਚ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੂਜੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨੂਰ ਉੱਪਲ ਵਲੌਗਸ ਅਤੇ ਇੰਸਟਾਗ੍ਰਾਮ ID ਵੀ ਫੋਲੋ ਕਰ ਲਿਓ ਨੂਰ ਉੱਪਲ 9898 ਓਕੇ ਜੀ ਫਿਰ ਮਿਲਦੇ ਹਾਂ ਕੱਲ੍ਹ ਨੂੰ ਅਗਲੇ ਵਲੌਗ ਦੇ ਵਿੱਚ ਬਾਏ।